फिर बंदा हो रहा सारी रात कैं कैं करी गया मेरे लगे ओही गल्लां तेरियां नाले तू किधर जाना आपां उत्थे सल्लरे जे पट लैंदे तू पटली मैं कम जाके आना यार करा दिया करो मेरे नाल यार तुसीं तां जमी सारी छड्ड दिंदे हो यार मैं तेनू कहा तू ना टेंशन लै कर जिवें तेनू सही लगदा तू उवें कर लै कर मेरा दा इत्थों इत्थों पक्या पै सारा इत्थों कोर पक्की मेरी भी औखी पढ़ाई है एक दिन रह जा किधर नहीं तू ओहो लगदा रहा नहीं जांदा चाचे बहुत दूर भग जू काम जे रह गया मैं 3 बजे मुड़ेगा फिर मेरा कोई पता नहीं कदों मुड़ा तू आए करी वीर बन के 3 बजे नु मुड़या पर रूटा बिटर मार के परा ओ कख जे कटदी उत्थों 3 बजे तो नहीं मुड़दा मुंडा अथ नु होगा प्रैक्टिकल देनी है मैं अज मेरी गल सुन अखा चखा गल तू ऐ हुण अड्ड होएगा हैं दात जे ते रेत मरवा ले उथों इनू मैं कल नू लेके जाऊंगा सटियां हो करांगे अज जादे बाजार बंद आ अज दुकानां खुलियां नहीं हैगियां मूरी मैं जाना सी ते ना मूरी लियाउणी सी
ਤੜਕੇ ਲੈਣ ਤੱਲਾ ਗਿਆ ਪੂਰੀ ਚਾਚੇ ਹਾਂ ਤੇਰੇ ਨੀਗਾ ਚ ਕੋਈ ਪੈਂਟ ਨਹੀਂ ਹੈਗਾ ਹੈਗਾ ਰਫੀ ਸਾਡੇ ਵਾਲਾ ਹੈਗਾ ਰਫੀ ਇੱਥੇ ਆਪਾਂ ਆ ਸਾਰਾ ਲਿਖਾ ਕੇ ਆ ਨੰਬਰ ਹਾਂ ਇੱਥੇ ਨੌ ਲਿਖਾਉਣਾ ਮੈਂ ਕੋਈ ਇੱਕ ਅਮਰੀਕ ਹੋ ਰਹੇ ਨੇਗੇ ਅਮਰੀਕ ਹੋ ਰਹੇ ਮੁੰਡੇ ਲੌਂਗੋਵਾਲ ਤੋਂ ਵੀ ਪੇਂਟਿੰਗ ਵਧੀਆ ਕਰ ਦੇਣਗੇ ਇੱਥੇ ਮੈਂ ਉਹਨੇ ਨੌ ਲਿਖਾਉਂਗਾ ਕੋਈ ਇੱਥੇ ਤੇ ਪੰਜਾਬ ਦਾ ਨਕਸ਼ਾ ਜਾਂ ਦਿਲ ਇੱਥੇ ਨੌ ਲਿਖਾਉਣਾ ਮੈਂ ਅੱਛਾ ਹਾਂ जेड़ी मैं पढ़ाई करता अपने सारे पिंड चो नहीं करता चाचे कोई जान दई जाओ पा दिया करो भाई लस्सी पानी चाचे हां मैं कहता थी हां ओहो तू 12 बजे मंग जाएगा खेत चाचे हाँ हाँ कड़ा दे डाया क्यों वहे आए पता नहीं मूरला टायर काटा पहला कहाँ निकल गया था ना इधर मारा ये लाज हो रहा उधर में सद्दा करा मैं लूं ला निकल गया ला निकल ना पछाली हाय हाय खड़ जा बस बस दे भग जा कर तू ना चाचे बस तो भाड़ा ज्यादा लग जाता ये ठीक है अपना सिस्टम इनू परा कर लिया करो यार भन दे भाई इनू बजाले खड़ा दिना यार मैं लेट हो रहा छेती आ जी बढ़ाया चंगा गर्मी बहुत गूंद कतीरा पे लियाने तेन सुन दी पा मैं कहती पी जे अज तो बाद तू मेरे मगर आया ना मैं थाने रिपोर्ट दे देनी तेरी पागल जिया पता नहीं कितो कितो आ जाने ऐ का तो कर दो जी प्यार मोहब्बत दी भी तो कुछ है हुंदी है जी ਜਮੀ ਮੂਤ ਪਿਆ ਦਿੰਦੇ ਨੇ ਕਿਹੜੀਆਂ ਦਿੰਦੇ ਨੇ ਚਾਹ ਸਪੈਦਾ ਬੜਾ ਡਬਲਾ ਪੂਰੇ ਦੋ ਨਿਕਲਣਗੇ ਇਹਨਾਂ ਦੇ ਆ ਗਿਆ ਓਏ ਆ ਗਿਆ ਕਹਿ ਪੜਿਆ ਪ੍ਰੇਮੇ ਹੋਇਆ ਨੀ ਪ੍ਰੈਕਟੀਕਲ ਅੱਜ ਸਾਡਾ ਹੈ ਹੋਇਆ ਨੀ ਪ੍ਰੈਕਟੀਕਲ ਚੱਲ ਫੇਰ ਹੋ ਜੂ ਕਿਸੇ ਦਾ ਨਾ ਨਹੀਂ ਹੁੰਦਾ ਉਹ ਨੰਨਾ ਤਾਂ ਮਾਰ ਦਿੰਦੇ ਹੋ ਜਦੋਂ ਬੰਦਾ ਕੋਈ ਜਾਂਦਾ ਗਾ ਭੈਣ ਦੀ ਕੰਮ ਕਿਹਨੇ ਕਹਿੰਦਾ ਗੁੱਸਾ ਤੂੰ ਮੂਰੀ ਆ ਜੂਗੀ ਮੂਰੀ ਮੂਰੀ ਜਾ ਦੀ ਨਾਲੇ ਹੋਰ ਆ ਦੱਸ ਹੁਣ ਕੀ ਕੰਮ ਹੋਏ ਚੱਲ ਕਰਾਵਾਂ ਮੈਂ ਤੈਨੂੰ ਕੀ ਕਹਦਾ ਤੂੰ ਉਹੀ ਤੱਪੀ ਜਾਣਾ ਮੈਂ ਤਾਂ ਤੈਨੂੰ ਕਿਹਾ ਸੀਗਾ ਵੀ ਸੁਨੇਹਾ ਆ ਜੀ ਫਿਰ ਆ ਜੂਗਾ ਯਾਰ ਹੁਣ ਤੈਨੂੰ ਕੀ ਆ ਸੁਨੇਹਾ ਨਾਲੇ ਹੋਰ ਆ ਤੂੰ ਐ ਜੇ ਕਦੋਂ ਹੋ ਰਿਹਾ ਉਹ ਤਾਂ ਨਹੀਂ ਲੜ ਲੁੜ ਕੇ ਗਿਆ ਕਿਸੇ ਨਾਲ ਉਹ ਫਿਰ ਡਰਾਬੇ ਦੇਣ ਲੱਗ ਜੂ ਮੈਂ ਹਟੂੰਗਾ ਪਰ ਭਾਪੇ ਵਰਗਾ ਸਮਝਦਾ ਮੈਂ ਨਾਲੇ ਆਪਦੇ ਵਰਗਾ ਤੂੰ ਹੱਟ ਤੇ ਲੱਤਾਂ ਤੋੜੂੰਗਾ ਮੈਂ ਓਏ ਕੀ ਹੋ ਗਿਆ ਤੈਨੂੰ ਪੁੱਤਾ ਮੈਂ ਨਹੀਂ ਹੱਥ ਪੈ ਗਿਆ ਫਿਰ ਕੋਈ ਉਹ ਤੜੀ ਰੋਕ ਰੋਕ ਲਾਈ ਬੈਠਿਆ ਕੋਈ ਬਿਮਾਰੀ ਠਮਾਰੀ ਤੇ ਨਹੀਂ ਮੈਨੂੰ ਰੱਬ ਲਾਇਆ ਤੂੰ ਗੱਲ ਵੀ ਦੱਸ ਦੇ ਸ਼ਰਾਫੀ ਦੱਸ ਓਏ ਸਿਆਣਾ ਬਣੀ ਦਾ ਹੁੰਦਾ ਕੀ ਹੋ ਗਿਆ ਜਵਾਬ ਦੇ ਮੈਨੂੰ ਹੈ ਜਵਾਬ ਦੇ कौन
ਉਹ ਫੇਰ ਕੀ ਹੋ ਗਿਆ ਜੇ ਦੇਗੀ ਜੀ ਬਾ ਹੋਰ ਬਥੇਰੀਆਂ ਕੋਈ ਆਜੂ ਪੈਰ ਥੱਲੇ ਬਟੇਰਾ ਵਿਆਹ ਕਰ ਦਾਂਗੇ ਤੇਰਾ ਤੁਸੀਂ ਨਾਲ ਹੀ ਕਰਾਉਣਾ ਵਿਆਹ ਤਾਂ ਮੈਂ ਪਸੰਦ ਕਰਦਾ ਮੈਂ ਤੁਸੀਂ ਸਪਰੇ ਪੀਉਂ ਮੈਂ ਮੇਰੇ ਹੱਥ ਸਾਰਾ ਨਿੰਬੂ ਪਾਣੀ ਨਹੀਂ ਹੈਗਾ ਜਿਹੜਾ ਸਪਰੇ ਪੀਵੇਂਗਾ ਮੈਨੂੰ ਦੱਸ ਤੂੰ ਖੇਤ ਕਿੱਥੇ ਪਈ ਸਪਰੇ ਪੀਉਂ ਮੈਂ ਯਾਰ ਕੰਨ ਤੇ ਮਰੂੰ ਸੌਰੀ ਦਾ ਦੋ ਮਰੂੰ ਥਾਪੜੇ ਮੈਂ ਪੀਊਗਾ ਸਪਰੇ ਫਿਰ ਕੀ ਹੋ ਗਿਆ ਜੀ ਬਾਬੇ ਦੇਗੀ ਕਿਧਰ ਇਹ ਕੁਛ ਹੁੰਦਾ ਮੈਂ ਨਾੜ ਪੱਟੂਗਾ ਹਾਂ ਤੇਰੀ ਬੌਲੇ ਦੀ ਦੋ ਮਰੂੰ ਬੂਥੜ ਦੇ ਮੈਂ ਨਹੀਂ ਹੋਰ ਮੈਂ ਮੈਂ ਹੋਰ ਨਾਲ ਵਿਆਹ ਨਹੀਂ ਕਰਾਉਣਾ ਨਹੀਂ ਕਰਦੇ ਤਾਂ ਮੈਂ ਮਰ ਜੂਗਾ ਨਹੀਂ ਇੱਥੇ ਮੈਂ ਨਹੀਂ ਆਇਆ ਤੂੰ ਮੈਨੂੰ ਦੱਸ ਕਿੱਥੋਂ ਦੀ ਆ ਸੁਣਾ ਪੜਦੀ ਆ ਕਾਲਜ ਮੈਨੂੰ ਦੱਸ ਕੇ ਲਿਆ ਹੈ ਮੈਨੂੰ ਦੱਸ ਕੇ ਲਿਆ ਤੂੰ ਕੀ ਕਰੇਗਾ ਉਹੀ ਜਾਣਦਾ ਤੂੰ ਫਿਕਰ ਨੂੰ ਮੈਂ ਅੱਖ ਪੜ ਕੇ ਦੱਸ ਦਿੰਦਾ ਕੀ ਚਾਹੁੰਦੀ ਆ ਜਨਾਨੀ ਹੈ ਮੈਨੂੰ ਐਂ ਹੈਗਾ ਚੇ ਵੀ ਕੋਈ ਹੋਰ ਨਾਲ ਨਾ ਹੋਵੇ ਬਸ ਕਿਸੇ ਨੂੰ ਮੈਂ ਮਾਰ ਦੂੰਗਾ ਜੇ ਕਿਸੇ ਸੌਂ ਲੱਗੇ ਬੌਲਾ ਨਹੀਂ ਬਣੀ ਦਾ ਤੂੰ ਮੈਂ ਜੇਲ੍ਹ ਕੱਟ ਲੂੰਗਾ ਚੇ ਮੇਰੀ ਗੱਲ ਸੁਣ ਹਾਂ ਕਦੋਂ ਘਰੇ ਜਾਂਦੀ ਆ ਉਹ ਬਾਗੀ ਘਰੇ ਤੇ ਨਾਲੀ ਤੇ ਜਾਂਦੀ ਆ ਹੁਣ ਕਿੱਥੇ ਆ ਕਾਲਜ 'ਚ ਆ ਨਾਲੇ ਤੂੰ ਕਹਿੰਦਾ ਸਾਡੀ ਪ੍ਰੈਕਟੀਕਲ ਨਹੀਂ ਹੋਈ ਪੜ੍ਹ ਨੂੰ ਤਾਂ ਮੈਨੂੰ 6 ਮਹੀਨੇ ਹੋ ਗਏ ਕਰਤਾ ਤੀ ਆ ਕਾਲਜ 'ਚ ਮੇਰਾ ਸੋਲਾ ਤੂੰ ਐਂ ਕਰ ਮੈਨੂੰ ਲੈ ਕੇ ਜਾ ਹੱਥਣੇ ਜੀ 3 ਵਜੇ ਨਾਲੇ ਆਪਾਂ ਮੂਹਰੀ ਲਿਆਵਾਂਗੇ ਮੈਂ ਤੈਨੂੰ ਦੱਸੂਗਾ ਵੀ ਇਹ ਤੇਰੇ ਲੋਟ ਆਊਗੀ ਕਿ ਆਉਂਦੀ ਨਹੀਂ ਹੈਗੀ ਉਹ ਕਿਵੇਂ ਦੱਸ ਦੇਗਾ ਮੈਂ ਤਾਂ ਅੱਖ ਪੜ ਕੇ ਦੱਸ ਦਿੰਦਾ ਹੈ ਮੈਂ ਤਾਂ ਅੱਖ ਪੜ ਕੇ ਦੱਸ ਦਿੰਦਾ ਊਂ ਕਿੰਨਾ ਪੜਾ ਮੈਂ ਊਂ ਤਾਂ ਮੈਂ ਕਿਹੜਾ ਬੜਾ ਅੰਗੂਠਾ ਸਾਹਿਬ ਆ ਬਥੇਰੀਆਂ ਜ਼ਬਾਨੀ ਪਰੇ ਕਾਹਨੂੰ ਪਰ ਦੇਖ ਲਓ ਚਾਤੇ ਮੈਨੂੰ ਬਚਾ ਦੇਗਾ ਅੱਛੇ ਮੈਂ ਮਰ ਜੂਗਾ ਨਹੀਂ ਮਾਂ ਮੂੰਹ ਦੇ ਮਰੂ ਕੀ ਲੋੜ ਆ ਮਰਨ ਦੀ ਤੈਨੂੰ ਮੈਂ ਦੱਸ ਦੂੰਗਾ ਵੀ ਇਹ ਕਿਵੇਂ ਆ ਇਹ ਐਵੇਂ ਨਹੀਂ ਫਿਰਦੇ ਹੁੰਦੇ ਬਾਹਲਾ ਜਨਾਨੀਆਂ ਮਗਰ ਤੇਰਾ ਵਿਆਹ ਕਰਾ ਦੂੰ ਹੋਰ ਦੱਸ ਯਾਰ ਪਰ ਗੂਰਾਂ ਵਾਲੀ ਦਵਾ ਯਾਰ ਭੈਣ ਦਿਨ ਦਾ ਰਾਤ ਦਾ ਖਰਾਬ ਹੋ ਗਿਆ ਮਨ ਮੈਂ ਗੂਰਾਂ ਵਾਲੀ ਦਵਾ ਵਿਆਹ ਕਰਾ ਦੇਗਾ ਕਾਹਨੂੰ ਪੱਕਾ ਪੱਕਾ ਨੇਮ ਧਰਮ ਤੇਰੇ ਨਾਲ ਜਵਾਨ ਰਹੀ ਯਾਰ ਹੋਰ ਦੱਸ ਟੀਵੀ ਨਾ ਛੱਡ ਲਵੋ ਨਹੀਂ ਛੱਡਦਾ ਤਾਂ ਨਹੀਂ ਅੰਗੂਰ ਵਾਲੀ ਤੂੰ ਮੇਰੇ ਪਾਪਾ ਦਾ 1100 ਦੀ ਬੋਤਲ ਆਉਂਦੀ ਅੰਗੂਰ ਵਾਲੀ ਦੀ ਹਾਂ ਮੈਂ ਦਵਾ ਦੂੰ ਦੋ ਦਵਾ ਦੂੰਗਾ ਮੈਂ ਹੈ ਹਾਂ ਚੱਲ ਠੀਕ ਆ ਹਾਂ ਚੱਲਾਂਗੇ ਕੋਈ ਨਾ ਫਿਰ ਆਪਾਂ ਕਦੋਂ ਬਸ 3 ਵਜੇ ਨਾ 3 ਵਜੇ ਤਾਂ ਬਸ ਚੜ ਜਾਂਦੇ ਚਾਚੇ ਉਹ ਰਹੇਗਾ ਘੰਟਾ ਰਹੇਗਾ ਚਾਚੇ ਆਉਣ ਜਾਣ 'ਚ ਵੀ ਟਾਈਮ ਲੱਗੂਗਾ ਤੂੰ ਬੜਾ ਹਨੇਰਾ ਨਾ ਕਰਾ ਦੀ ਧਾਰ ਕੱਢੂ ਮਾਰੀ ਬਸ ਤੂੰ ਜਿਹੜੀ ਗੱਲ ਕਰਨੀ ਆ ਤੂੰ ਕਿਵੇਂ ਕਰ ਲਈ ਮੇਰੇ ਨਾਲ ਠੀਕ ਹੈ ਹੈ ਚੱਲ ਫਿਰ ਇੱਕ ਚਾਚੇ ਮੈਂ ਕਹਿੰਦਾ ਸੀਗਾ ਵੀ ਮੈਂ ਅੱਜ ਤੈਨੂੰ ਸਵੇਰੇ ਕਹਿਆ ਨਹੀਂ ਤੀ ਵੀ ਮੈਂ ਨੰਬਰ ਲਿਖਾਊਂਗਾ ਨਾਉ ਹਨਾ ਹਾਂ ਭਾਜੀ ਨਾਮ ਲਿਖਾਉਣਾ ਆਪਾਂ ਉਹਦਾ ਪਿੱਛੇ ਉਹ ਤਾਂ ਭਾਈ ਤੂੰ ਆਪ ਹੀ ਦੇਖ ਲਈ ਕਿੱਥੋਂ ਲਿਖਾਉਣਾ ਤੂੰ ਕਹਿੰਦਾ ਤੀ ਸੋਫੀਆ ਪਤਾ ਨਹੀਂ ਕੀ ਕਹਿੰਦਾ ਤੀ ਉਹ ਟਵਿੱਟਰ ਆਪਣਾ ਉਹ ਤਾਂ ਉਹ ਟਰਾਲੀਆਂ ਤੇ ਉਹ ਕਰਦਾ ਗਾ ਜਾਂ ਉਹ ਸਟicker ਕੱਢਦਾ ਅੱਛਾ ਟਾਈਟੂ ਵਾਲਾ ਤੇਰਾ ਦੋ ਬੁੱਸ ਮਰਾਉਣੇ ਨੇ ਆਪਾਂ ਪਾਲੀ ਲਿਖਾਉਣਾ ਕਰਦੇ ਮੈਂ ਮਰਜ਼ੀ ਕਰ ਲਈ ਬਸ ਠੀਕ ਹੈ ਪਰ ਛੇਤੀ ਮੁੜ ਕੇ ਆਈ ਆ ਬਾਬਾ ਬਸ ਛੇਤੀ ਆ ਜਾਗੇ ਸੱਚੇ ਪੂਰੀ ਰਹਾਂਗੇ ਆਪਾਂ ਵਿੱਚ ਨਾ ਮਾਰੀ ਸੱਚੇ ਸਟੈਂਡ ਤੇ ਲੈ ਸਟੈਂਡ ਤੇ ਕਿੱਥੇ ਆ ਸੱਚੇ ਬੰਦਾ ਤਾਰੀ ਕਿੰਨਾ ਉਪਰ ਪੈ ਜਾ ਨਾ ਬਾਈ ਕੋਈ ਗੱਲ ਨੀ ਕੋਈ ਚੱਕਰ ਵਾਲੀ ਗੱਲ ਤਾਰੀ ਕਿੰਨਾ ਵਾਲਾ ਕਹਿੰਦਾ ਉਹ ਜੱਗਰ ਕਹਿਣਾ ਕਹਿੰਦਾ ਅੱਛਾ ਆ ਭਾਈ ਮਾਂ ਮਰ ਗਈ ਦੀ ਉਹਨਾਂ ਦੀ ਹਾਂ ਖਾਣਾ ਪੀਣਾ ਤਾਂ ਨਹੀਂ ਕੁਛ ਲਾਉਂਗੇ ਟਾਈਮ ਦੇ ਕਿੰਨਾ ਚਾਹ ਮੰਗਵਾਵਾਂ 20 ਮਿੰਟ ਪਏ ਨੇ ਹਲੇ 20 ਮਿੰਟ ਫੇ ਮੂਰੀ ਲੈ ਲੈਂਦੇ ਆਪਾਂ ਮੂਰੀ ਤਾਂ ਫੇਰ ਲੈ ਲਈ ਹੁਣਾ ਮੂਰੀਆਂ ਹੀ ਹੋ ਜਾਂਦੀ ਦਿਨ ਤਾਂ ਚਾਹ ਪਾਣੀ ਕੁਛ ਲਾਉਂਗੇ ਨਾ ਨਾ ਬਈ ਬੰਦਾ ਹੁਣ ਕਿੱਥੇ ਆਊਗਾ ਦੁਕਾਨ ਸੋਹਣੀ ਬਣਾ ਲਈ ਬਈ ਤੂੰ ਪਹਿਲਾਂ ਨਾਲ ਪਹਿਲਾਂ ਰੈਨੋਵੇਸ਼ਨ ਕਰਵਾ ਦੇ ਤੂੰ ਹੈ ਉਹ ਪ੍ਰੇਮ ਹੈ ਬੰਦਾ ਕਿੱਥੇ ਆਊਗਾ ਉਹ ਉੱਥੇ ਸਕੂਲ ਚੱਕਰੂਗਾ ਆਪਣਾ ਕਾਲਜ ਮੂਰੇ ਗੇਟ ਮੂਰੇ ਖੜ ਜੂ ਉਹ ਉੱਥੇ ਹੀ ਖੜ ਜਾਂਦੇ ਆਪਾਂ 20 ਮਿੰਟ ਪਏ ਨੇ ਹਲੇ ਮਗਾ ਤੇ ਕੱਲ੍ਹ ਧੁੱਪ ਚ ਹਨਾ ਠੀਕ ਆ ਬਈ ਕਿੰਨੇ ਦਾ ਸਾਪ ਦਿੰਦਾ ਤੂੰ ਹਾ ਟੈਟੂ ਟੈਟੂ ਦਾ ਡਿਪੈਂਡ ਕਰਦਾ ਬਰੋ ਵੀ ਕੀ ਬਣਾਉਣਾ ਤੁਸੀਂ ਅੱਛਾ ਮੈਂ ਨੌਂਸ ਪਾਉਣਾ ਬਈ ਉਰੇ ਛੋਟਾ ਜਿਹਾ
ਛਾਪ ਦੇਗਾ ਬਣ ਜਾਊਗਾ ਬੈਠ ਹੁਣ ਇਹ ਕੀ ਚੀਜ਼ ਹੈ ਇਹ ਹੁਣ ਨਹੀਂ ਭਾਈ ਹੈ ਕੀ ਚੀਜ਼ ਹੈ ਇਹਦਾ ਉਹ ਆ ਜੱਚੇ ਜਿਹੜਾ ਉਹ ਨਹੀਂ ਹੁੰਦਾ ਆਪਣਾ ਜਿਵੇਂ ਓਮ ਜੀ ਕੋ ਪਤਾ ਨਹੀਂ ਉਹ ਵੇਲੇ ਤੇ ਵੀ ਤੁਸੀਂ ਛਪਾਉਂਦੇ ਹੁੰਦੇ ਸੀ ਕਿ ਇੰਨਾ ਮੂਜਾ ਉਹ ਮੋਰਨੀ ਮਸ਼ੀਨ ਨਾਲ ਹਾਂ ਮੋਰਨੀ ਛਪਾਉਣ ਦੇ ਪੱਟਾਂ ਦੇ ਬੁੜੇ ਉਹ ਆਏ ਹੁਣ ਤੇ ਕਰਨਾ ਖੋਲ ਲੀਆਂ ਬਸ ਪਹਿਲਾਂ ਵੇਲਿਆਂ ਤੇ ਹੁੰਦੇ ਸੀਗਾ ਕੀ ਪਾਇਆ ਭਾਈ ਇਹ ਕੀ ਪਾ ਲਾਉਣੇ ਹੋ ਇਹ ਇਹਦਾ ਡਿਪੈਂਡ ਕਰਦਾ ਕੀ ਬਣਾਉਣਾ ਜੀ ਸਟicker ਆ ਜਿਹੜਾ ਹਾਂ ਹਾਂ ਜੀ ਹਾਂ ਸਟicker ਦਾ ਰੇਟ ਆ ਨਾ ਸਟicker ਦਾ ਰੇਟ ਨਹੀਂ ਹੈਗਾ ਜੀ ਇਹ ਹਾਂ ਇਹਦਾ ਕੰਪਲੀਟ ਸਾਰਾ ਵੀ ਕੀ ਬਣੂਗਾ ਉਹਦੇ ਹਿਸਾਬ ਨਾਲ ਪ੍ਰਾਈਸ ਇਹ ਇਹੀ ਸਾਬ ਜਾਂਦਾ ਹੁੰਦਾ ਇਹ ਚਾਚੇ ਹੱਥ ਨਾਲ ਆ ਜੀ ਤੇਰੀ ਸਾਰੀ ਉਮਰ ਨਹੀਂ ਉਤਰਨਾ ਇਹ ਨਹੀਂ ਆਪਾਂ ਦਾ ਕੋਈ ਕਹਾਣੀ ਹੁਣ ਤਾਂ ਗਾਂ ਹੀ ਸਪਾਵਾਂਗੇ ਕਿਤੇ ਭਾਈ ਮੈਂ ਫਿਰ ਦੱਸੂਗਾ ਤੈਨੂੰ ਕੋਈ ਚੱਕਰ ਨਹੀਂ ਭਰਾਦਾ ਇੱਕ ਤਾਂ ਆਪਾਂ ਦਿਲ ਜਿਹਾ ਛਾਪਣਾ ਹੋਊਗਾ ਦਿਲ ਦੇ ਵਿੱਚ ਨਾਂ ਲਿਖਣਾ ਹੋਊਗਾ ਆਪਾਂ ਓਕੇ ਹਾਂ 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 ਲਿਖ ਦਾਂਗੇ ਐ ਨਾ ਥੁੱਕ ਚਾਚੇ ਚਲ ਫਿਰ ਜਲਦੀ ਓ 20 ਮਿੰਟ ਰਹਿ ਗਏ ਹੈਲੋ ਹੈਲੋ ਵੀਰੇ ਕਿੱਥੇ ਹੋ ਤੁਸੀਂ ਮੈਂ ਫ੍ਰੀ ਹੋ ਗਈ ਸੀ ਮੈਂ ਬਿਜ਼ੀ ਹਾਂ ਥੋੜਾ ਤੁਸੀਂ ਹਰ ਵਾਰ ਇਦਾਂ ਹੀ ਕਰਦੇ ਹੋ ਚਲੋ ਠੀਕ ਆ ਮੈਂ ਬੱਸ ਤੇ ਆ ਜਾਂਦੀ ਹਾਂ 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 ਤੁਸੀਂ ਚੱਲ ਜਾਓ ਬਾਹਰੋਂ ਦੀ ਬਈ ਫੋਨ ਕੀਦਾ ਫੋਨ ਤੀ ਬਈ ਘਰੋਂ ਫੋਨ ਤੀ ਕੁੜੀ ਅੱਛਾ ਚਲ ਬੈਠੀਆਂ ਭੈਣ ਸਾਂਝੀਆਂ ਹੁੰਦੇ ਨੇ ਸਾਰਿਆਂ ਦੇ ਹੈ ਬਈ ਕੀ ਟਾਈਮ ਹੋ ਗਿਆ ਮੇਰੀ ਖੜ ਗਈ ਯਾਰ ਘੜੀ ਹੁੰਦੀ ਟਾਈਮ ਤਾਂ 2:15 ਹੋ ਰਹੇ ਨੇ ਜੀ ਮੈਂ ਕਹਾਂ ਨੂੰ ਤੁੱਕੀ ਜਾਂਦਾ 2:15 ਹੋ ਗਏ ਹਾਂ ਹਾਂ ਫਿਰ ਆਪਾਂ ਚੱਲਦੇ ਆ ਹੋਰ ਮਾਰ ਹੋਲਾ ਕਰਾ ਦੇਖ ਬਈ ਹਾਂ ਠੀਕ ਹੈ ਬਈ ਅਸੀਂ ਤਾਂ ਉਰੇ 10 ਮਿੰਟ ਬੈਠੇ ਹਾਂ ਜੀ ਚਾਹ ਨੂੰ ਤਾਂ ਚੱਲ ਤਾਂ ਨਹੀਂ ਪੁੱਛਿਆ ਹੈਗਾ ਠੀਕ ਹੈ ਜੀ ਨਾ ਚਾਹ ਪਿਆ ਨੇ ਨਾ ਬਈ ਕੋਈ ਨਾ ਮਲਾ ਫਿਰ ਦੇਖਾਂਗੇ ਨਹੀਂ ਓਕੇ ਠੀਕ ਹੈ ਜੀ ਟੋਲਾ ਕਿਹੜੀ ਸੜ ਕਿੱਥੋਂ ਕਹਦਾ ਦੀ ਇਹ ਪਤਾ ਨਹੀਂ ਕਿਹੜੇ ਬਈ ਕਿੱਥੋਂ ਜਾਖਲ ਹੈ ਜੀ ਜਾਖਲ ਪਹਿਲਾਂ ਮੈਂ ਟੋਲਾ ਸੁਣਿਆ ਜਿਵੇਂ ਨਹੀਂ ਨਹੀਂ ਜਾਖਲ ਕਰਨੀ ਹੋ ਜੀ ਮੈਂ ਮੜਾ ਗਾਦਾ ਸਾਡੇ ਪਿੰਡਾਂ ਦੇ ਮੁੰਡੇ ਦੀ ਪੈਂਦਾ ਠੀਕ ਹੈ ਬਈ ਓਕੇ ਓਕੇ ਠੀਕ ਹੈ ਜੀ ਓਕੇ ਓਕੇ ਆ ਜਾ ਕਰੀਏ ਬਈ ਅਸੀਂ 10 ਮਿੰਟ ਬੈਠ ਕੇ ਕਰ ਲਵੇ ਕੋਈ ਗੱਲ ਨਹੀਂ ਭਰਾ ਆ ਜਾ ਕਰੋ ਕੋਈ ਤੁੱਕੀ ਗੱਲ ਨਹੀਂ ਕਿੱਥੇ ਕਦੂਰ ਆ ਅੱਛੇ ਹਾਂ ਆ ਵੀ ਉਹ ਕੁੜੀ ਦਾ ਹਾਂ 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 ਇਹਦਾ ਕਿਸੇ ਨਾਲ ਹੋਰ ਚੜਦੀ ਆ ਉਹ ਇਹਦਾ ਭਾਈ ਹੋਣਾ ਜੱਥੇ ਨਾ ਮੈਨੂੰ ਤਾਂ ਨਹੀਂ ਲੱਗਦਾ ਇਹਦਾ ਗਲਤ ਆ ਨਹੀਂ ਭਾਈ ਆ ਨਾ ਮੈਂ ਅੱਖ ਪੜ ਕੇ ਦੱਸ ਤੂੰ ਮੋੜੀ ਮੜੋ ਜਾਂ ਮੋੜੀ ਭਾਈ ਆ ਤਾਂ ਮੈਂ ਗਲਤ ਆ ਗਲਤ ਆ ਗਲਤ ਆ ਤੂੰ ਮੋੜਾ ਭਾਈ ਆ ਗਲਤ ਆ ਮੈਨੂੰ ਗਾਲਾਂ ਦਿੰਦੀਆਂ ਨਹੀਂ ਕਿਉਂ ਆਪਣੀ ਮਾਂ ਭੈਣ ਇੱਕ ਕਰ ਦਿੰਦੀ ਆ ਉਹ ਮੈਂ ਕੀ ਕਹਿਤਾ ਚਾਹ ਨੂੰ ਮਾਰ ਬੋਲਾ ਪੂਰੀ ਨੀ ਪੀਤੇ ਚਾਹ ਤਾਂ ਮਹਿੰਗੀ ਲਾਉਂਦੇ ਨੇ ਬਾਹਰੇ ਚਾਹ ਨਾਲ ਇੱਕ ਮੱਠੀ ਦਿੰਦੇ ਨੇ ਫ੍ਰੀ ਆਪਾਂ ਉੱਥੇ ਪੀਵਾਂ ਬਿਜਲੀ ਬੋਰਡ ਦੇ ਵੇ ਦੇਖ ਲੈ ਇੱਥੇ ਬਹਿ ਜਾ ਮੂਰੀ ਲੈਣੀ ਆ ਆਪਾਂ ਨੇ ਮੂਰੀ ਲੈਣੀ ਆ ਪਰ ਇਹਦੇ ਤਾਂ ਮੂਰੀ ਪਾ ਦੀਏ ਇਹ ਲੈ ਲੈਂਗੇ ਹਾਂ ਨਾ ਕਹੋ ਮੇਰਾ ਤਾਂ ਸਾਹ ਜਿਹਾ ਘੁੱਟਦਾ ਬੱਲਾ ਕੀ ਹੋ ਰਿਹਾ ਬਾਬਾ
ਕੁਛ ਨਹੀਂ ਜ਼ੁਕਾਮ ਜਾ ਲੱਗ ਰਿਹਾ ਭਾਈ ਇਥੋਂ ਗਲ ਜਾ ਦਬੀ ਜਾਂਦਾ ਕੇਵਾ ਲੌਂਗ ਲੈਚੀਆਂ ਹੈ ਭਾਈ ਲੌਂਗ ਲੈਚੀਆਂ ਦਵਾਂ ਨਾ ਨਾ ਬਸ ਭਾਈ ਆਪਾਂ ਚੱਲਦੇ ਆ ਫਿਰ ਹਾਂ ਚੱਲਦੇ ਆਪਾਂ ਚਾਹ ਜੀ ਦਾ ਮੰਗਣਾ ਮਰੀ ਜਾਂਦਾ ਨਾ ਨਾ ਕੋਈ ਨਾ ਭਾਈ ਬੈਠੋ ਆਪਾਂ ਗ੍ਰਾਈਂਡਰ ਲੋ ਵੀ ਪੀ ਲਾਂਗੇ ਚਾਹ ਤਾਂ ਹੈ बुखार कुछ उतर है नहीं मम्मी ओना ही है बुखार सिर दुखी जा रहा है ओना ही है आज फिर तू कॉलेज ना जाई नहीं मम्मी मैं नहीं जाऊंगी हाँ ठीक है आज तू रेस्ट कर ली तो डैडी हाथ ने तेनू दवाई दवा लिया चल कोई ना मम्मा हाँ मैं थोड़े ना काम करा ना पुत तू कितने काम करावेगी तू तो बीमार हो रही है तो इतों कितने काम बनूंगा मैं तेनू रोज कहती थी भी आ सेंट सुंट जे ला के ना जाया कर मैनू पहले ही डरती भी कुड़ी बीमार होगी पर तू हटी नहीं मम्मी की हुंदा मम्मी की हुंदा आ देख ले पैगी मुद्दे मूँ चल पै आराम कर ले मैं तो भांडे भूडे मांजदी रोटी बनाऊंगी नाले पै जा हाँ की गल होगी भरा थले क्यों बैठी ना अज भी टाइम पास करना है उत्ते बह यार उत्ते ना मैं उड़ी ठीक हाँ यार भाई की गल होगी तू की लगना टाइम पास करूँ यार मैं तो पाउल ज गया थी की गल होगी खासा औखा लगता गाह तो नहीं दसदा यार ना ना तू दस की गल होगी भरा तू साडा यार तेरे तो की होला यार भाई मैं किसी कुड़ी नूं पसंद करदा यार वो अपने कॉलेज च पढ़ती है अच्छा ते इत्थे सुनाम है ना वह आई नहीं हैगी अज ते यार मैं एक तरफा प्यार करदा यार उहनूं फिर हुण की मसला होगा तू क्यों दुखी होया फिर ओह नहीं ना करदी आ मसला यार अच्छा मैं यार उहनूं सच्ची यार रूह तों चाहुंदा यार मैं ब्याह कराउणा यार उहदे नाल फिर तू इंप्रेस कर कुड़ी नूं इत्थे ही करदा इंप्रेस किवें करां मैं उहनूं बुला उहदे नाल गल्लां बातां कर भाई ओ यार बुलाऊं एक दिन मैं कोशिश करी थी यार मैं स्कूटर ला के पिछे मैं कहा भी की हाल है मैं है ना उन्हें मैंने गाला कटिया यार मामा भैणा ने फिर तक करी बैठी है तेरे नाल हैं गाला ही कड्डू कुड़ी रास्ते च रोकेगा प्रीत कराया आपदी ऐ रास्ते च नहीं रोकिंदा हुंदा कुड़ी नु पर होर किते जांदी नहीं मेरे नाल ओ किथे लै जा मैनू कोई बहादुरी वाला काम कर चज दा काम कर कोई जिहदे नाल इंप्रेस हो जाए ता बुलाऊ तेनू यार हुण मैं लक नाल बंब बनना की बहादुरी करदा दस दे लक नाल बंब नहीं इहदा कहण दा मतलब आ जे कोई ओहनू छेड़दा ओहनू हटा तू तां आप ही जाके छेड़न लग गया ओहनू ਉਹ ਸੇੜਦਾ ਨਹੀਂ ਯਾਰ ਯਾਰ ਮੈਂ ਠੀਕ ਆ ਮੈਨੂੰ ਚੱਲ ਉਹਦੇ ਨੂੰ ਕੁਛ ਮਰਜ਼ੀ ਕਹਦਾ ਮੈਨੂੰ ਕੋਈ ਗੱਲ ਨਹੀਂ ਮੈਨੂੰ ਐਂ ਲੱਗਿਆ ਵੀ ਕੋਈ ਗੱਲ ਨਹੀਂ ਹੈ ਨਾ ਆਪਦੀ ਮੈਂ ਹੱਕ ਸਮਝਿਆ ਵੀ ਜੋ ਮਰਜ਼ੀ ਕਹੇ ਮੈਨੂੰ ਥੱਪੜ ਮਾਰਦੀ ਮੈਂ ਕੁਛ ਨਹੀਂ ਕਹਿੰਦੀ ਸੌਣ ਲੱਗੇ ਮੈਂ ਵਿਆਹ ਕਰਾਉਣਾ ਉਹਦੇ ਨਾਲ ਹੈ ਨਾ ਮੈਂ ਇੱਕ ਦਿਨ ਯਾਰ ਉਹ ਮੁੰਡੇ ਨਾਲ ਦੇਖ ਯਾਰ ਕੁੜੀ ਐਂ ਨਹੀਂ ਕਹਿੰਦਾ ਵੀ ਗਲਤ ਹੈ ਪਰ ਮੁੰਡਾ ਯਾਰ ਉਹਨੂੰ ਲੈ ਕੇ ਕੈਬ ਵਿੱਚ ਵੜ ਗਿਆ ਯਾਰ ਕੋਈ ਨਹੀਂ ਹੋ ਸਕਦਾ ਮੁੰਡਾ ਐਂ ਯਾਰ ਭਾਈ ਉਹੀ ਭਾਈ ਬਣ ਜਾਂਦੇ ਹੁੰਦੇ ਨੇ ਤੁਰੇ ਜਾਂਦੇ ਯਾਰ ਭਾਈ ਹੈ ਨਹੀਂ ਨਾਲੇ ਉਹਦਾ ਮੈਨੂੰ ਪਤਾ ਹੈ ਓਏ ਉਹ ਫਰੈਂਡ ਹੋਣਾ ਯਾਰ ਕਾਲਜ ਵਾਲਾ ਨਹੀਂ ਯਾਰ ਮੈਂ ਯਾਰ ਵਿਆਹ ਕਰਾਉਣਾ ਨਾਲੇ ਉਹਦੇ ਨਾਲ ਮੈਂ ਤਾਂ ਸਪਰੇ ਪੀਊਂਗਾ ਯਾਰ ਜੇ ਮੈਨੂੰ ਨਾ ਮਿਲੀ ਹੋਊ ਮਜ਼ਾਕ ਦੀ ਗੱਲ ਨਹੀਂ ਉਹਦੀ ਹੈਲਪ ਕਰ ਉਹਦੇ ਸਾਹਮਣੇ ਚੰਗਾ ਬਣ ਇੰਪ੍ਰੈਸ ਕਰ ਉਹਨੂੰ ਚੰਗੀ ਤਰ੍ਹਾਂ ਅੱਛਾ ਹਾਂ ਚੰਗਾ ਬਣ ਉਹਦੇ ਸਾਹਮਣੇ ਚੰਗਾ ਬਣ ਉਹਦੇ ਮੂਰੇ ਜਾ ਕੇ ਇੰਪ੍ਰੈਸ ਕਰ ਉਹਨੂੰ ਹਾਂ ਦੁਖੀ ਹੋਣ ਦੀ ਲੋੜ ਨਹੀਂ ਕੋਈ ਚੱਜ ਦਾ ਕੰਮ ਕਰਕੇ ਦਿਖਿਆ ਫਿਰ ਕੁੜੀ ਸੈੱਟ ਹੋ ਗਿਆ ਐ ਨਹੀਂ ਹੁੰਦੀ ਤੇਰੇ ਨਾਲ ਅੱਛਾ ਬਈ ਹਾਂ ਬਹੁਤ ਬਈ ਮੇਰਾ ਵੀ 5 ਸਾਲ ਦਾ ਰਿਲੇਸ਼ਨ ਆ ਦੇਖ ਅੱਜ ਮੈਂ ਉਹਦੀ ਤੇਰੀ ਭਾਬੀ ਦਾ ਨਾਮ ਜੇ ਸਾਡੀ ਕੋਈ ਹੈਲਪ ਚਾਹੀਦੀ ਹੋਈ ਦੱਸਦੀ ਅਸੀਂ ਕਰਦਾ ਕੋਈ ਨਹੀਂ ਦੱਸਦੀ ਤੂੰ ਆ ਉਸੇ ਨਾਲ ਹੀ ਕਰਾਉਣਾ ਮੈਂ ਹੋਰ ਕਿਸੇ ਗਣੀ ਮੈਂ ਲਵਾਇ ਲਾਂ ਬਾਈ ਹੈ ਬਾਈ ਹਾਂ ਪੂਰਾ ਲਵਾਇ ਲਾਂ ਮੈਂ ਵੀ ਲਵਾਇ ਲਾਂ ਵੀ ਮੈਂ ਵੀ ਵਿਆਹ ਕਰਾਂ ਲੈ ਬਾਈ ਛਾਪ ਦੇ ਰੇਪੀ ਹਾਂਜੀ ਇਹਦਾ ਬਣਾਉਣਾ ਪਹਿਲਾਂ ਟਾਈਮ ਲੱਗੂ ਬਾਅਦ ਚ ਆ ਜੀ ਜਦੋਂ ਮਰਜ਼ੀ ਆ ਜੀ ਚਾਹੇ ਕੱਲ ਨੂੰ ਆ ਜੀ ਮੈਂ ਤਾਂ ਕੱਲੀ ਪੀ ਛਾਪਣੀ ਐ ਅਸੀਂ ਕੱਲੀ ਮਸ਼ੀਨ ਲਾ ਦੇ ਪੀ ਕਰਦੇ ਐ ਨਹੀਂ ਬਣਦਾ ਹੁੰਦਾ ਬਹੁਤ ਪ੍ਰੋਸੈਸ ਕਰਨਾ ਪੈਂਦਾ ਪਹਿਲਾਂ ਇਹਦਾ ਬਣੂਗਾ ਫਿਰ ਉਸ ਤੋਂ ਬਾਅਦ ਜਦੋਂ ਮਰਜ਼ੀ ਆ ਜੀ ਦੱਸ ਦੇ ਨਹੀਂ ਫਿਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਵੀ ਚੰਗਾ ਕੰਮ ਕਰਾਂ ਮੈਂ ਹਨਾ ਹਾਂ ਵੀ ਇੰਪ੍ਰੈਸ ਹੋ ਜੂਗਾ ਨਾ ਇੰਪ੍ਰੈਸ ਕਰ ਬਸ ਉਹਨੂੰ ਜਿਵੇਂ ਮਰਜ਼ੀ ਕਰ ਇੰਪ੍ਰੈਸ ਕਰ चाची
ਠੀਕ ਬੰਦਾ ਕੋੜੀ ਜੀ ਪਾ ਦੇ ਪਾਲੀ 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 ਉਹਦਾ ਨਾ ਹੁਣ ਹਾਲ ਹੈ ਤੂੰ ਆਏਗਾ ਰਮਨ ਮੱਲਾ ਅੱਛਾ ਉਹ ਫੜਾਈ ਗੜਬੀ ਫੜਾਈ ਜਾ ਚ ਤੂੰ ਛੱਡ ਦੇ ਉਹਦਾ ਖੜਾ ਓਏ ਕੋਈ ਨਾ ਛੱਡ ਦੇ ਤੂੰ ਕੀ ਲੋੜ ਆ ਤੈਨੂੰ ਐਵੇਂ ਹੈ ਵਧੀਆ ਪੈਗ ਲਾ ਪਹਿਲਾਂ ਤੂੰ ਪੈਗ ਲਾ ਲੈ ਜਾ ਚ ਇੱਕਦਮ ਲਾ ਲੈ ਹਾਂ ਮੈਂ ਵੀ ਲਾਣਾ ਛੋਟਾ ਜਾ ਲੈ ਜਾ ਤੇ ਪੂਜਿਆ ਗੀਰੂ ਵਾਲਾ ਪੂਜਿਆ ਜਾ ਚ ਲੈ ਆ ਖੜ ਖੜ ਜਾ ਚ ਪੂਜਿਆ ਖੜ 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 ਮੈਂ ਖਾਰਾ ਲਿਆਉਣ ਲੱਗਿਆ ਸੀਗਾ ਅੱਛਾ ਦੁਕਾਨ ਬੰਦ ਦਿੱਤੀ ਫਿਰ ਮੈਂ ਚੱਲ ਕੋਈ ਨਾ ਕੈਮੀ ਚ ਪੜ ਗਿਆ ਤੂੰ ਮੈਂ ਤੈਨੂੰ ਦੱਸਿਆ ਤਾਂ ਹੈਗਾ ਚਾਚੇ ਪਤਾ ਹਟ ਗਿਆ ਸੀ ਮੈਨੂੰ ਹਟਾ ਤਾ ਸੀ ਕੋਲਜ ਵਾਲਿਆਂ ਨੇ ਫਿਰ ਤੂੰ ਘਰੇ ਤਾਂ ਕਹਿ ਕਈ ਜਾਣ ਨੂੰ ਮੈਂ ਪੜਦਾ ਹੈ ਉਹ ਘਰੇ ਤਾਂ ਫਿਰ ਮੈਨੂੰ ਕਹਿਣਾ ਪੈਂਦਾ ਚਾਚੇ ਮੈਨੂੰ ਪੈਸੇ ਹੀ ਨਹੀਂ ਦਿੰਦੀ ਮੇਰੀ ਬੀਬੀ ਚਾਚੇ ਮੇਰੇ ਪਾਪਾ ਦੱਸਦਾ ਹੁੰਦਾ ਸੀਗਾ ਵੀ ਹਨਾ ਵੀ ਤੇਰੀ ਚਾਚੇ ਕਿਆ ਨਾਲ ਕਹਿੰਦਾ ਆਪਣੀ ਬਹੁਤ ਪੁਰਾਣੀ ਸਕੀਰੀ ਆ ਮਤਲਬ ਹਨਾ ਸਕੀਰੀ ਵਾਲਾ ਕੰਮ ਹੀ ਆ ਹਾਂ ਉਹੀ ਸਕੀਰੀ ਕਹਿੰਦਾ ਉਹ ਲਾ ਲਾ ਸਾਂਝ ਤਾਂ ਤੈਨੂੰ ਕਹਿਆ ਨਹੀਂ ਸੀ ਕਦੇ ਸੀ ਉਹ ਕਹਿ ਲਾ ਲਾ ਹਾਂ ਬੜਾ ਮੇਰੇ ਦਾਦੇ ਨੇ ਕੰਮ ਕੀਤਾ ਸੀ ਐਂ ਕਰਦਾ ਤੇ ਤੂੰ ਗੱਲਾਂ ਕਰਦਾ ਕਰ ਦੇਖ ਪਹਿਲਾਂ ਮੈਂ ਗੱਲ ਸੁਣਨ ਵਾਲੀ ਆ ਹਾਂ ਬੜਾ ਮੇਰੇ ਦਾਦੇ ਨੇ ਕੰਮ ਕੀਤਾ ਸੀ ਪਾਲੀ 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 ਨਾ ਹੁਣ ਲਾ ਉਹਦਾ ਪਾਲੀ 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 ਕੀ ਰੱਖਾ ਗੁੜੀਆ ਤੂੰ ਵਿਆਹ ਕਰਾਂਗੇ ਤੇਰਾ ਵਧੀਆ ਹੈ ਛੱਡ ਦੇ ਤੂੰ ਤਾਂ ਖੜਾ ਲੈ ਚੇ ਤੂੰ ਗੱਲ ਵਿਚਾਰੇ ਦੇਗੀ ਹਾਂ ਅੱਛੇ ਬਲਾ ਮੇਰੇ ਦਾਦੇ ਨੇ ਕੰਮ ਕੀਤਾ ਹਾਂ ਅੱਛੇ ਹੇ ਮੇਰੇ ਪਿਓ ਨੇ ਕਰਿਆ ਛੁੱਟੇ ਬਥੇਰੇ ਖੁੱਡਲੇ ਚ ਹੱਥ ਮਾਰੇ ਨੇ ਨਹੀਂ ਕਹਣਾ ਹੁਣ ਮੈਂ ਦੇਖ ਲਾ 60 ਸਾਲ ਦੀ ਉਮਰ ਅੱਛਾ ਆ ਗਿਆ ਆ ਕਰ ਬਲਾ ਹਾਂ ਹਾਂ ਕੌਂ ਜਿ ਲਵੇ ਜਾਂਦਾ ਅੰਦਰ ਗੱਸ ਨਾ ਮਾਰੀ ਨਾ ਕੋਈ ਨਾ ਹੈ ਬਿਜਵਾਨ ਲਾ ਰਹਾ ਹੈ ਕਿਸੇ ਤੋਂ ਅੱਜ ਤੱਕ ਬੇਇੱਜ਼ਤੀ ਨਹੀਂ ਕਰਾਈ ਜਮਾਨੀ ਉਮਰ ਹੋ ਗਈ ਉੱਚੀ ਮੈਂ ਨਾ ਲੰਬਾ ਚਾਚੀ ਦਾ ਨਾਮ ਕੀ ਹੈ ਹੈ ਚਾਚੀ ਦਾ ਨਾਮ ਕੀ ਹੈ ਚਾਚੀ ਦਾ ਨਾਮ ਹੋਆ ਸੀਤੋ ਤੇਰੇ ਚਾਚੇ ਕਹਿੰਦੇ ਕਹਿੰਦਾ ਬਹੁਤ ਆਪਣਾ ਕਰਿਆ ਓਏ ਮੈਂ ਕਿਹਾ ਠੀਕ ਹੈ ਕਹਿੰਦਾ ਤੇਰੇ ਚਾਚਾ ਹੋਇਆ ਮੈਂ ਕਿਹਾ ਕਹਿੰਦਾ ਗਾਹਾਂ ਫਿਰ ਬਾਬਾ ਹੋਇਆ ਤੇਰਾ ਹੈਨਾ ਤੇ ਮੈਂ ਕਿਹਾ ਅੱਛਾ ਕਹਿੰਦਾ ਹਾਂ ਕਹਿੰਦਾ ਆਪਾਂ ਇਹਨਾਂ ਦੇ ਕਰਜ਼ਾ ਹੀ ਆ ਆਪਾਂ ਸਾਰੀ ਉਮਰ ਮੈਂ ਕਿਹਾ ਅੱਛਾ ਕਹਿੰਦਾ ਹਾਂ ਕਹਿੰਦਾ ਦੇਖ ਲੈ ਇਹਨੇ ਆਪਣੇ ਇਹੋ ਜਿਹੀ ਥਾਂ ਤੋਂ ਬੜੇ ਉਹ ਗੱਡੇ ਕੱਢਣੇ ਆਪਾਂ ਸੋਚ ਵੀ ਨਹੀਂ ਸਕਦੇ ਹੈਨਾ ਜਿਵੇਂ ਹੁਣ ਉਹ ਅਸੀਂ ਸਾਡੇ ਤੋਂ ਕਤਲ ਹੋ ਗਿਆ ਤੀਜਲਾ ਬਾਬੇ ਨੇ ਆਪਦੇ ਸਿਰ ਲੈ ਲੈਤੀ ਨਾ ਮੈਂ ਚੜ੍ਹਿਆ ਟਰੈਕਟਰ ਹੈਨਾ ਹਾਂ ਤੇ ਹੁਣ ਮੈਂ ਕਹਿੰਦੀ ਗਾ ਅੱਛੇ ਤੇਰੀ ਇਮਤਿਹਾਨ ਦਾ ਵਕਤ ਆ ਗਿਆ ਕਿਵੇਂ ਇੱਕ ਤੇਰੇ ਭਤੀਜੇ ਦੀ ਛੋਟਾ ਜਿਹਾ ਕੰਮ ਕਰਦੇ ਬੋਲ ਹੈਂ ਬੋਲ ਜ਼ਿਆਦਾ ਵੱਡਾ ਨਹੀਂ ਹੈਗਾ ਮਾਂ ਮੁੱਕ ਦਾ ਬੋਲ ਬਸ ਐਂ ਹੈਗਾ ਤੜਕੇ ਆਪਾਂ ਚੱਲਾਂਗੇ ਹਾਂ ਪਾਲੀ ਕੋਲ ਬਸ ਤੂੰ ਕੁਛ ਨਹੀਂ ਕਰਨਾ ਹਨਾ ਉਹਦਾ ਫੋਨ ਫੜ ਲੈਂਦਾ ਨੇ ਤੁਰੀ ਜਾਂਦੀ ਦਾ ਜਿਵੇਂ ਹੁਣ ਜਾ ਰਹੀ ਹੈ ਤੁਰੀ ਮੈਂ ਸਕੂਟਰ 'ਤੇ ਬਿਠਾ ਕੇ ਤੈਨੂੰ ਹੈਨਾ ਲਾ ਦੂੰਗਾ ਉਹਦਾ ਤੂੰ ਫੋਨ ਫੜ ਲਈ ਫੋਨ ਫੜ ਕੇ ਤੂੰ ਬਸ ਥੋੜ੍ਹੀ ਜਿਹੀ ਦੂਰ ਵਗ ਜੀ ਮੈਂ ਤੈਨੂੰ ਕਿਹਾ ਵੀ ਆਹ ਗਲਤ ਕੰਮ ਨੇ ਓਏ ਐਂ ਨਹੀਂ ਕਰੀਦਾ ਹੁੰਦਾ ਬੋਲੇ ਤੁਰੇ ਰੱਬ ਨੇ ਤੋਂ ਹੱਥ ਦਿੱਤੇ ਨੇ ਕਮਾਈਆਂ ਕਰੋ ਗਲਤ ਗੱਲ ਇਹ ਹੈਂ ਮੈਂ ਬਸ ਤੈਨੂੰ ਇੰਨਾ ਕਹੂੰਗਾ ਤੇਰੀ ਕੁੱਟਦਾ ਹੀ ਮਾਰਦਾ ਨਹੀਂ ਤੈਨੂੰ ਕੁਛ ਨਹੀਂ ਕਰਦਾ ਮੈਂ ਮੇਰੀ ਗੱਲ ਸੁਣ ਪਹਿਲਾਂ ਮੈਂ ਹੈਨਾ ਮੈਂ ਤੈਨੂੰ ਉਹ ਤੋਂ ਫੋਨ ਫੜੂੰਗਾ ਉਹਦਾ ਫੋਨ ਫੜੂੰ ਤੇਰੇ ਹੱਥੋਂ ਮੈਂ ਉਹਨੂੰ ਦੇ ਦੂੰਗਾ ਵੀ ਲੈ ਪਾਲੀ ਹੈਨਾ ਪਾਲੀ ਨੂੰ ਪਤਾ ਕੀ ਲੱਗੂ ਚਾਚੇ ਪਾਲੀ ਲੱਗੂ ਵੀ ਇਹ ਖਾਨਦਾਨੀ ਮੁੰਡਾ ਵੀ ਇਹ ਰੱਜੇ ਕਰਦਾ ਵੀ ਇਹ ਮੈਂ ਇੱਜ਼ਤਾਂ ਦਾ ਰੱਖ ਹੈ ਵੱਡੀ ਗੱਲ ਹੁੰਦੀ ਆ ਅੱਛੇ ਜਿਹੜੀ ਇੱਜ਼ਤਾਂ ਰੱਖ ਨਹੀਂ ਹੁੰਦਾ ਕੋਈ ਅੰਗੂਰ ਵਾਲੀ ਤੂੰ ਕਹਿੰਦਾ ਸੀ ਦੋ ਕਰ ਦੂੰਗਾ ਦੋ ਸੱਚ ਪਹਿਲਾਂ ਤਿੰਨ ਕਰਦੀਆਂ ਕੁਛ ਨੀ ਕਰਨਾ ਨਾ ਤੈਨੂੰ ਓਏ ਕਹਿਣਾ ਨਾ ਜੀ ਕਹਿਣਾ ਬਸ ਤੁਰੀ ਜਾਂਦੀ ਖਤਮ ਹੈ ਕੰਮ ਖਤਮ ਤੜਕੇ ਕਿੰਨੇ ਵਜੇ ਤੜਕੇ 7 ਵਜੇ ਪਲਾਨ ਪੱਕਾ ਰਹੀ ਤੈਨੂੰ ਪੁੱਛਣਾ ਅੰਗੂਰ ਵੀਪ ਸੰਗੂਰ ਸੀ ਤੋਂ ਪਾਲੀ ਸੀ ਤੋਂ ਤੈਨੂੰ ਪੁੱਛਣਾ ਬਸ ਤੜਕੇ ਜਾ ਰਹੀ ਮੈਂ ਹੁਣ
फुल माफिया स्टाइल होना ब्याह जट दा ढोली वाली गारी बैंगना दी टा बुढ़ी उम्रे हड कटा कोई नी जानदा यार क्यों नी जानदा सारे मेनु मोटरसाइकिल आए जान दे दी ओ भाई की होना यार कुड़ी तो सत्र पवाते हाय यार थोड़ू यार उई मारी ना किथे पवाए ने यार ओ तो पर पांडी लिया के ओ तो भाई परा भाग जाओ मैं बस ते आजू भाग जा मेरा खड़ा सड गूर वाली मेनू कोई लोड़ नहीं गूर वाली मैं मोटा छतरी पी लूं की गल होगी ओ यार ओए मेरी गल फ्रेंड दा जी यार प्रॉब्लम तू कह रहे भी बहादुर बन यार ओ साले बहादुरी ने यार पंगा पुठा पाता यार हां ओ बेइज्जती हो गई ओए बेइज्जती नु तू भैन दी गा दामन थंदा यार जेड़ा तन्नू कोई जानदा नहीं उरे कुत्ता साले दा मजा किते कोई किसी दी सुई नहीं चक्की थी ओए फिर की हुंदा यार चोर बनाता ओई मरी जाना हुना यार कोई ना कोई नहीं कर सकदा हुना मजा देखड़ू भाई छोड़े नालो सच्ची गल सुन ले ओ की मकलावा सुन ले दा प्रेमिया बेइज्जती कराती मेरी की बेइज्जती कराती यार की ओ होना की आ यार सनाम यार जाखर रोड ਮੈਨੂੰ ਇਹ ਕੁੜੀ ਤੋਂ ਕਟਾਤਾ ਦੇਖ ਲੈ ਡੀ ਮਟੀ ਉਮਰ ਮੇਰੀ ਕਟਾਇਆ ਯਾਰ ਆਪ ਤਾਂ ਤੂੰ ਭੱਜ ਆਪ ਤਾਂ ਭੱਜ ਗਿਆ ਤੂੰ ਓਏ ਭੱਜਿਆ ਕਾਹਨੂੰ ਤੀ ਮੈਂ ਰਾਰ ਲੈਣ ਗਿਆ ਤੀ ਮੈਂ ਉਹਨੂੰ ਕੱਲੇ ਕੱਲੇ ਮਿਸਤਰੀ ਦੀ ਬਾੜ ਪਾ ਕੇ ਆਉਂਗਾ ਜਿਹੜੇ ਤੇਰੂ ਹੱਥ ਵੀ ਲਾਇਆ ਮੈਨੂੰ ਮਿਸਤਰੀਆਂ ਤੋਂ ਕਟਾਤਾ ਯਾਰ ਮੋਟਰ ਸੰਦ ਕਰਕੇ ਯਾਰ ਉਹ ਘਰ ਬੰਦ ਕਰਕੇ ਉਹ ਤੇਰੀ ਦੇਖੀ ਜੀ ਚੱਕ ਦੇ 65 ਸਾਲ ਦੀ ਉਮਰ ਆਵਾ ਯਾਰ ਤੈਨੂੰ ਕੀ ਲੱਗਦਾ ਉਰੇ ਹੌਲੀ ਬੋਲ ਪਹਿਲਾਂ ਤਾਂ ਕੀ ਗੱਲ ਹੋਈ ਮੈਨੂੰ ਓਏ ਯਾਰ ਬਾਈ ਤੁਸੀਂ ਉਸ ਦਿਨ ਕਿਹਾ ਨਹੀਂ ਸੀ ਵੀ ਕੋਈ ਬਹਾਦਰੀ ਵਾਲਾ ਕੰਮ ਕਰ ਯਾਰ ਹਣਾ ਵੀ ਤੇਰੇ ਤੇ ਪ੍ਰੈਸ ਹੋਊਗੀ ਇਹ ਪ੍ਰੈਸ ਹੋਈ ਦੀ ਯਾਰ ਸਾਰਾ ਕੁਝ ਹੋ ਗਿਆ ਤੀ ਇਹ ਉਹੀ ਮਰ ਜਾਂਦਾ ਯਾਰ ਇਹਨੂੰ ਛੋਟਾ ਜਿਹਾ ਕੰਮ ਕਹਿ ਤੂੰ ਮੈਂ ਕਿਹਾ ਤੂੰ ਐਂ ਕਰੀ ਮੈਂ ਕਿਹਾ ਉਹਦਾ ਫੋਨ ਫੜ ਕੇ ਹਣਾ ਮੈਂ ਹਾਂ ਉਹ ਤੂੰ ਭੱਜ ਜੀ ਗਾਂ ਉਹ ਕਹੂਗੀ ਚੋਰ 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 ਮੈਂ ਚੱਲਦੇ ਸਕੂਟਰ ਤੋਂ ਪਿੱਛੋਂ ਛਾਲ ਮਾਰ ਕੇ ਤੇਰੀ ਬਾਹ ਫੋਨ ਫੜ ਮਾਰੀ ਜਾਂਦਾ ਸਾਲ ਫਿਰ ਮਾਰਦਾ ਦੀਗਾ ਪੈਰ ਫਸ ਗਿਆ ਮੇਰਾ ਨਹੀਂ ਮਰ ਜਾਂਦਾ ਗਾ ਇਹ ਤੋਂ ਬਾਅਦ ਮੈਂ ਚੱਲਦੇ ਸਕੂਟਰ ਤੇ ਛਾਲ ਮਾਰ ਜੂਗਾ ਤੇਰੀ ਬਾਹ ਮੋਸ ਦੂੰਗਾ ਤੇਰੀ ਮੁੱਕੀ ਮਾਰੂਗਾ ਉਹਦਾ ਫੋਨ ਫੜ ਦੂੰਗਾ ਉਹਦਾ ਫੋਨ ਫੜ ਕੇ ਉਹਨੂੰ ਫੜਾ ਦੂੰਗਾ ਮੈਂ ਬਰੇਵ ਬਣ ਜੂਗਾ ਇੰਪ੍ਰੈਸ ਹੋ ਜੂਗੀ ਆਹ ਗਲਤੀ ਨਾ ਸਿੱਤਰ ਸਿੱਤਰ ਖਾਣ ਵਾਲੀ ਕੰਮ ਨੇ ਤਾਂ ਅਹੀ ਜੀ ਕਿਹੜੀ ਆ ਤੂੰ ਮੈਨੂੰ ਫੋਟੋ ਫੋਟੋ ਹੈਗੇ ਤੇ ਦਿਖਾ ਦੇ ਜੀ ਹਈ ਆ ਮੱਛੜਿਓ ਭਾਈ ਉਹਦਾ ਬੇਇੱਜ਼ਤੀ ਕਰਾ ਦੀ ਦਾਗ ਲਵਾ ਦੇਣੇ ਮੇਰੇ ਫੋਨ ਦੀ ਇਹਦੇ ਲਵਿਆ ਮੈਂ ਆ ਦੀਗਾ ਤੇ ਆ ਹੋ ਗਈ ਯਾਰ ਸੋਹਣੀਆ ਕੁੜੀ ਤਾਂ ਚਾਚੇ ਮੰਨ ਲਾ ਯਾਰ ਸੋਹਣੀ ਤਾਂ ਹੈਗੀ ਚਾਚੇ ਮੇਰੀ ਗੱਲ ਸੁਣ ਆਪਾਂ ਚੱਲਦੇ ਹਾਂ ਸਾਡੀ ਇਹ ਕੁੜੀ ਆ ਭਾਜੀ ਨੂੰ ਇਹ ਸਿੜੀ ਜਾਂਦੇ ਆ